ਲੁਧਿਆਣਾ 'ਚ ਨਜਾਇਜ਼ ਉਸਾਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਪਰਚੇ ਦੀ ਮੰਗ ਕਰ ਦਿੱਤੀ ਹੈ। ਆਖਿਰ ਕੀ ਹੈ ਪੂਰਾ ਮਾਮਲਾ ਅਤੇ ਕਿਉਂ ਲਗਾਏ ਜਾ ਰਹੇ ਨੇ ਭਾਰਤ ਭੂਸ਼ਣ ਆਸ਼ੂ 'ਤੇ ਇਹ ਇਲਜ਼ਾਮ? ਦੇਖੋ ਇਹ ਖਾਸ ਰਿਪੋਰਟ। ਪੰਜਾਬ ਦੇ ਲੋਕਲ ਬਾਡੀਜ਼ ਮਿਨਿਸਟਰ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਨਜਾਇਜ਼ ਉਸਾਰੀਆਂ ਅਤੇ ਬਗੈਰ CLU ਤੋਂ ਬਣ ਰਹੀਆਂ ਬਿਲਡਿੰਗਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਰਹੀ ਆ, ਪਰ ਲੁਧਿਆਣਾ ਦੇ ਗ੍ਰੈਂਡ ਮੈਨਰ ਹੋਮਸ ਦੇ CLU ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀ ਇਨਕੁਆਇਰੀ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਰਿਪੋਰਟ ਦੇ ਵਿੱਚ ਕੁਝ ਤੱਥ ਸਾਹਮਣੇ ਆਏ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ CLU ਨੂੰ ਅਪਲਾਈ ਕਰਨ ਦੇ ਵਿੱਚ ਗਲਤ ਤਰੀਕੇ ਦੇ ਨਾਲ ਦਸਤਾਵੇਜ਼ ਇਸ ਦੇ ਵਿੱਚ ਲਗਾਏ ਗਏ ਸਨ। ਚਰਚਾ 'ਚ ਰਹਿਣ ਵਾਲਾ ਲੁਧਿਆਣਾ ਦਾ ਇਹ ਗ੍ਰੈਂਡ ਮੈਨਰ ਹੋਮ ਜਿਸ ਨੇ ਇੱਕ ਵਾਰ ਫਿਰ ਨਵਾਂ ਵਿਵਾਦ ਛੇੜ ਲਿਆ ਅਤੇ ਇਸ ਵਿਵਾਦ 'ਚ ਨਾਮ ਜੁੜਿਆ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ, ਜਿਨ੍ਹਾਂ 'ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਆਪਣੇ ਸਾਥੀ ਕਮਲਜੀਤ ਕੜਵਲ ਅਤੇ ਕੁਝ ਅਫਸਰਾਂ ਨਾਲ ਮਿਲ ਕੇ ਲੁਧਿਆਣਾ ਦੇ ਨਕਸ਼ਾ ਨੰਬਰ 98C ਨੂੰ ਸਰਕਾਰ ਤੋਂ ਅਸਲੀ ਤੱਥ ਲੁਕਾ ਕੇ ਗਲਤ ਢੰਗ ਨਾਲ ਪਾਸ ਕਰਵਾਇਆ ਅਤੇ ਇਹ ਇਲਜ਼ਾਮ ਲਗਾਏ ਨੇ ਆਪ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ। ਹੁਣ ਮੈਂ ਮੰਤਰੀ ਨਵਜੋਤ ਸਿੰਘ ਸਿੱਧੂ ਜੀ ਨੂੰ ਬਸ ਇੱਕ ਬਹੁਤ ਵੱਡਾ ਚੈਲੰਜ ਆ, ਕਿਉਂਕਿ ਜਿਨ੍ਹਾਂ ਨਾਲ ਬੈਠੇ ਪਿਆਰ ਨਾਲ ਚਾਹ ਪਾਣੀ ਪੀਤਾ, ਜਿਨ੍ਹਾਂ ਨੇ ਨਾਲ ਆਪਾਂ ਦੁੱਖ ਸੁੱਖ ਵੀ ਸਾਂਝੇ ਕੀਤੇ, ਅੱਜ ਉਹਨਾਂ ਦਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਕੈਮ ਦੇ ਵਿੱਚ ਪਹਿਲੇ ਨੰਬਰ 'ਤੇ ਨਾਮ ਆ। ਅੱਜ ਉਹਨਾਂ ਦਾ ਹੀ ਕਾਂਗਰਸੀ ਉਮੀਦਵਾਰ ਜਿਹੜਾ ਪਿਛਲੀ ਵਾਰ ਇਲੈਕਸ਼ਨ 'ਚ ਵੀ ਖੜਿਆ ਸੀ ਕੜਵਲ, ਉਹਦਾ ਵੀ ਇੱਕ ਨਾਮ ਵਿੱਚ ਆ ਰਿਹਾ ਅਤੇ ਨਾਲ 3-4 ਅਫਸਰਾਂ ਦੇ ਵੀ ਨਾਮ ਆ ਰਹੇ ਆ। ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਲੋਕਾਂ ਨੇ ਜੇ ਕਿਸੇ ਵੱਲ ਆਸ ਦੀ ਨਜ਼ਰ ਆ ਸਿਰਫ ਅਤੇ ਸਿਰਫ ਨਵਜੋਤ ਸਿੰਘ ਸਿੱਧੂ ਵੱਲ ਹੈ ਕਿ ਉਹ ਸ਼ਾਇਦ ਇਮਾਨਦਾਰੀ ਨਾਲ ਕੰਮ ਵਧੀਆ ਕਰਨਗੇ, ਪਰ ਹੁਣ ਸਿੱਧੂ ਸਾਹਿਬ ਵਾਸਤੇ ਬਹੁਤ ਵੱਡਾ ਚੈਲੰਜ ਆ ਕਿ ਉਹ ਆਪਣੇ ਮੰਤਰੀ ਤੋਂ ਅਸਤੀਫਾ ਲੈਣਗੇ। ਇਸ ਮਾਮਲੇ ਦੇ ਉੱਠਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ BJP ਨੇ ਵੀ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਕਾਰਵਾਈ ਦੀ ਮੰਗ ਕਰ ਦਿੱਤੀ ਹੈ। ਸਟ੍ਰਿਕਟ ਐਕਸ਼ਨ ਮੰਤਰੀ 'ਤੇ ਲੈਣਾ ਚਾਹੀਦਾ, ਪਰਚਾ ਰਜਿਸਟਰ ਹੋਣਾ ਚਾਹੀਦਾ, ਮੰਤਰੀ ਨੂੰ ਅਰੈਸਟ ਕਰਨਾ ਚਾਹੀਦਾ ਹੈ। ਅਤੇ ਕਿਉਂ ਨਹੀਂ ਅੱਗੇ ਕਰਦੇ ਆਹ ਘਪਲਾ, ਨਾਲੇ ਉਹਨਾਂ ਦੇ ਡਿਪਾਰਟਮੈਂਟ ਨੇ ਆਪ ਅਨੌਥ ਕੀਤਾ। ਔਰ ਇਹ ਮਿਨਿਸਟਰ ਭਾਰਤ ਭੂਸ਼ਣ ਆਸ਼ੂ, ਇਹਨਾਂ ਦੇ ਕੌਂਸਲਰ ਸਾਰੇ ਇਸ ਤਾਮ ਜਾਮ ਦੇ ਵਿੱਚ ਰਲੇ ਹੋਏ ਨੇ, ਬਹੁਤ ਵੱਡਾ ਮਾਫੀਆ ਹੈ। ਮੈਂ ਕਮਿਸ਼ਨਰ ਕਾਰਪੋਰੇਸ਼ਨ ਨੂੰ ਅਪੀਲ ਕਰਦਾ ਔਰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਹਿੰਦਾ ਵੀ ਜੇ ਤੁਸੀਂ ਵਾਕਿਆ ਇਮਾਨਦਾਰ ਹੋ, ਤੁਸੀਂ ਲੁਧਿਆਣੇ ਦੀਆਂ 5 ਬਿਲਡਿੰਗਾਂ ਇਹੋ ਜਿਹੀਆਂ ਦਿਖਾਓ ਜਿਹੜੀਆਂ ਬਾਈਲੋਸ ਦੇ ਮੁਤਾਬਕ ਔਰ ਨਕਸ਼ਿਆਂ ਦੇ ਮੁਤਾਬਕ ਬਣੀਆਂ ਹੋਣ। ਔਰ 3.5 ਏਕੜ ਲੈਂਡ ਡੈਰੀਆਂ ਦੀਆਂ ਪਾਰਕਾਂ ਭਾਰਤ ਭੂਸ਼ਣ ਆਸ਼ੂ ਨੇ ਦੱਬੀਆਂ ਹੋਈਆਂ ਨੇ। ਦਰਅਸਲ ਲੁਧਿਆਣਾ ਦੇ ਗਿੱਲ ਰੋਡ 'ਤੇ ਵਿਵਾਦਿਤ ਗ੍ਰਾਂਡ ਮੈਨਰ ਹੋਮਸ ਦੇ ਮਾਮਲੇ ਸੰਬੰਧੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਨਵਜੋਤ ਸਿੱਧੂ ਨੇ July 2018 ਨੂੰ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਨੂੰ ਜਾਂਚ ਦੇ ਹੁਕਮ ਦਿੱਤੇ ਸੀ। ਜਾਂਚ ਤੋਂ ਬਾਅਦ ਆਪ ਵਿਧਾਇਕਾ ਮਾਣੂਕੇ ਨੇ ਇਲਜ਼ਾਮ ਲਗਾਇਆ ਕਿ ਮੰਤਰੀ ਭੂਸ਼ਣ ਦੀ ਮਿਲੀ ਭੁਗਤ ਨਾਲ ਨਕਸ਼ਾ ਨੰਬਰ 98C ਨੂੰ ਰਜਿਸਟਰੀ ਤੋਂ ਬਿਨਾਂ ਹੀ CLU ਦੇ ਕੇ ਪਾਸ ਕਰਵਾ ਦਿੱਤਾ ਹੈ। ਅਲਾਟਮੈਂਟ ਹੋ ਰਹੀ ਹੈ 17 ਜਨਵਰੀ ਨੂੰ, ਰਜਿਸਟਰੀ ਉਹਨਾਂ ਦੀ ਬਣ ਰਹੀ ਹੈ 19 ਜਨਵਰੀ ਨੂੰ। ਇਹਦਾ ਮਤਲਬ CLU ਜਦੋਂ ਉਹਨਾਂ ਨੂੰ ਮਿਲਿਆ ਸੀ 17 ਨੂੰ, ਉਦੋਂ ਉਹਨਾਂ ਕੋਲ ਰਜਿਸਟਰੀ ਨਹੀਂ ਸੀ। ਜਦੋਂ ਉਹਨਾਂ ਨੇ ਰਿਕਾਰਡ ਦੇ ਵਿੱਚ ਪਤਾ ਕੀਤਾ, ਰਿਕਾਰਡ ਦੇ ਵਿੱਚ ਰਜਿਸਟਰੀ ਰੈਵਨਿਊ ਦੇ ਵਿੱਚ ਅਤੇ ਉਹਨਾਂ ਦਾ CLU ਰੈਵਨਿਊ ਰਿਕਾਰਡ ਦੇ ਵਿੱਚ ਦੋਨਾਂ ਦੇ ਵਿੱਚ ਫਰਕ ਪਾਇਆ ਗਿਆ। ਔਰ ਜਦੋਂ ਤੁਹਾਡਾ ਮੀਡੀਆ ਦੇ ਰਾਹੀਂ ਅਤੇ ਲੋਕਾਂ ਦਾ ਪ੍ਰੈਸ਼ਰ ਪਿਆ, ਕੈਪਟਨ ਨਵਜੋਤ ਸਿੰਘ ਸਿੱਧੂ ਜੀ ਨੇ ਇੱਕ ਵਿਜੀਲੈਂਸ ਇਨਕੁਆਇਰੀ ਮਾਰਕ ਕੀਤੀ, ਜਿਸ ਦੇ ਵਿੱਚ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਪੂਰਾ ਦਾ ਪੂਰਾ ਇਸ ਚੀਜ਼ ਦਾ ਸਿਆਸੀਕਰਨ ਹੋਇਆ ਹੋਇਆ। ਉਧਰ ਕੰਪਨੀ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲੀਗਲੀ ਕਾਗਜ਼ ਤਿਆਰ ਕਰਕੇ CLU ਲਿਆ ਗਿਆ ਤੇ ਵਿਰੋਧੀਆਂ ਪਾਰਟੀਆਂ ਵੱਲੋਂ ਇਸ ਨੂੰ ਜਾਣ ਬੁੱਝ ਕੇ ਮੁੱਦਾ ਬਣਾਇਆ ਜਾ ਰਿਹਾ। ਕਿਸੇ ਬੰਦੇ ਦਾ ਕੋਈ ਇਸ ਪ੍ਰੋਜੈਕਟ ਦੇ ਵਿੱਚ ਦੇਣ ਲੈਣਾ ਨਹੀਂ ਹੈਗਾ ਜੀ, ਵੈਸੇ ਹੀ ਇਸ ਕੰਮ ਨੂੰ ਉਹੀ ਹਾਈਲਾਈਟ ਕਰਦੇ ਨੇ ਜੀ, ਉਹਦਾ ਕੋਈ ਫਾਇਦਾ ਨਹੀਂ। ਜਿੰਨੀਆਂ ਅਸੀਂ ਫੀਸਾਂ ਨੇ ਸਾਰੀਆਂ ਅਸੀਂ ਜਮ੍ਹਾਂ ਕਰਾਈਆਂ ਨੇ, ਨਾ ਇਸ ਲੈਵਲ ਦਾ ਇਹ ਕੰਮ ਹੈ, ਇੰਨੇ ਛੋਟੇ ਲੈਵਲ ਦਾ ਵੀ ਇਹਨੂੰ ਗਲਤ ਤਰੀਕੇ ਨਾਲ ਪਾਸ ਹੋ ਸਕਦਾ ਅਤੇ ਨਾ ਐਸੇ ਲੈਵਲ ਦਾ ਅਸੀਂ ਕੋਈ ਕੰਮ ਕਰਦੇ ਹਾਂ ਜੀ। ਉਧਰ ਇਹਨਾਂ ਇਲਜ਼ਾਮਾਂ ਨੂੰ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਹਨਾਂ ਦਾ ਇਸ ਮਾਮਲੇ 'ਚ ਕੋਈ ਰੋਲ ਨਹੀਂ ਹੈ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਘਪਲਾ ਕੀਤਾ ਗਿਆ। ਪਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਇਸ 'ਤੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਕਿ ਕੱਪੜੇ ਸ਼ਾਮਿਲ ਹੋਣ ਵਾਲਾ ਕੋਈ ਵੀ ਮੰਤਰੀ ਸੰਤਰੀ ਬਖਸ਼ਿਆ ਨਹੀਂ ਜਾਵੇਗਾ। ਲੁਧਿਆਣਾ ਤੋਂ ਵਿਵੇਕ ਢਲ ਦੇ ਨਾਲ ਦੈਨਿਕ ਸਵੇਰਾ TV। ਪੰਜਾਬ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਜੇਕਰ ਤੁਸੀਂ ਆਪਣੇ ਫੋਨ ਤੱਕ ਡਾਇਰੈਕਟ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਮਿਸ ਕਾਲ ਮਾਰੋ, ਅਸੀਂ ਤੁਹਾਨੂੰ ਆਪਣੇ WhatsApp ਗਰੁੱਪ 'ਚ ਐਡ ਕਰਾਂਗੇ ਜਿੱਥੇ ਸਿਰਫ ਅਸੀਂ ਹੀ ਤੁਹਾਡੇ ਤੱਕ ਵੱਡੀਆਂ ਖਬਰਾਂ ਪਹੁੰਚਾ ਸਕਾਂਗੇ।